ਤੁਹਾਨੂੰ ਆਜ਼ਾਦੀ ਦੀ ਜ਼ਰੂਰਤ ਹੈ, ਕੋਈ ਹੈ ਜਾਦੂ ਜੋ ਤੁਹਾਨੂੰ ਆਪਣੀ ਗ੍ਰਿਫਤ 'ਚ ਲੈ ਰਿਹਾ ਹੈ, ਥੋੜ੍ਹਾ ਥੋੜ੍ਹਾ ਘੁੱਟ ਕੇ ਤੁਹਾਡੀ ਹਰ ਚੀਜ਼ ਉੱਪਰ ਅਟੈਕ ਕਰ ਰਿਹਾ ਹੈ। ਆਪਣੇ ਹੱਥ ਖੜੇ ਕਰੋ ਅਗਰ ਤੁਸੀਂ ਆਜ਼ਾਦ ਹੋਣਾ ਚਾਹੁੰਦੇ ਜਾਂ ਚਾਹੁੰਦੇ ਜਾਂ ਇਹ ਡੀਮਨ ਇਹ ਦੁਸ਼ਟ ਆਤਮਾ ਤੋ ਮੇਰੀ ਸੁਣ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਰਜਨਾ ਹੈ, ਇਹਦੇ ਸਰੀਰ ਨੂੰ ਇਹਦੇ ਆਤਮਿਕ ਜੀਵਨ ਨੂੰ ਤੂੰ ਹੁਣੇ ਛੱਡ ਕੇ ਜਾਣਾ। ਮੈਂ ਤੈਨੂੰ ਕਮਾਂਡ ਕਰਨ ਦੇ ਲਈ ਜਾਣ ਰਿਹਾ, ਇਹਦੀ ਬੋਡੀ ਨੂੰ ਛੱਡ, ਇਹਦੇ ਸਰੀਰ ਨੂੰ ਛੱਡ, ਸ਼ਤਰੂ ਦੇ ਸਪਿਰਿਟ ਆਤਮਿਕਤਾ ਨੂੰ ਖਰਾਬ ਕਰਨ ਵਾਲੇ ਸਪਿਰਿਟ, ਸਟਰੋਂਗ ਹੋਲਡ ਬਣਾਉਣ ਵਾਲੇ ਸਪਿਰਿਟ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਗਿਆ ਦਿੰਦਾ ਹਾਂ, ਤੂੰ ਇਹਦੇ ਸਰੀਰ ਨੂੰ ਛੱਡ ਕੇ ਚੱਲਣਾ ਚਾਹੀਦਾ। ਨਿਕਲੋ ਖਤਮ ਹੋ ਰਿਹਾ, ਯੈਸ ਤੈਨੂੰ ਜਾਣਾ ਪੈਣਾ। ਤੂੰ ਸਾਹਮਣਾ ਨਹੀਂ ਕਰ ਸਕਦਾ, ਤੂੰ ਛੁਪ ਰਿਹਾ ਸੀ। ਆਈ ਹੈਵ ਸੀਨ ਯੂ, ਚੱਲ ਦੀ ਬੋਡੀ ਨੂੰ ਛੱਡ, ਚੱਲ ਦੀ ਬੋਡੀ ਨੂੰ ਛੱਡ, ਫ੍ਰੀ ਕਰ ਦੀ ਬੋਡੀ, ਜਲਦੀ 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 ਬਹੁਤ ਸਾਰੇ ਲੋਕ ਨੇ ਉਸ ਸੋਚ ਦੇ ਅਸੀਂ ਪ੍ਰੇਡ ਕਰ ਰਹੇ ਹਾਂ, ਉਹ ਸ਼ਾਇਦ ਅਸੀਂ ਆਜ਼ਾਦ ਹੈ, ਪਰ ਸੈਟਨ ਪਿੱਛੇ ਫੋਲੋ ਕਰਦਾ ਰਹਿੰਦਾ ਹੈ, ਉਹਦੇ ਨਾਲ ਉਹ ਤੁਹਾਡੀ ਲਾਈਫ ਨੂੰ ਥੋੜ੍ਹਾ ਥੋੜ੍ਹਾ ਨੋਚਦਾ ਰਹਿੰਦਾ ਹੈ, ਜਿਹਦੇ ਨਾਲ ਇੱਕ ਸਮੇਂ 'ਤੇ ਤੁਸੀਂ ਡਿਸਟਰਬ ਹੋ ਜਾਂਦੇ ਜੋ ਤੁਹਾਡੇ ਉੱਪਰ ਅਟੈਕ ਹੋਣੇ ਸ਼ੁਰੂ ਕਰ ਦਿੰਦਾ ਹੈ। ਔਰ ਮੈਂ ਜਾਣਦਾ ਕਿ ਇਸ ਭੈਣ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਸਿਸਟਰ ਨੂੰ ਅੱਗੇ ਲੈ ਕੇ ਤੁਸੀਂ ਸਸਤਾ ਜੀ ਅੱਜ ਤੋਂ ਫ੍ਰੀ ਹੋਣ ਦੇ ਲਈ ਜਾਈਏ, ਕੀ ਹੁੰਦਾ ਤੁਹਾਨੂੰ ਇਹਨਾਂ ਦਿਨਾਂ? ਮੈਂ ਅੱਜ ਆਪਣੇ ਘਰ ਪਰਤਰੀ ਮਾਤਾ, ਮੈਨੂੰ ਆਪਣੀ ਮਾਤਾ ਕਹਿੰਦੇ ਜਿਹੜੀ ਆਤਮਾ ਹੁੰਦੀ ਆ, ਮੈਨੂੰ ਡਰ ਜਿਹਾ ਲੱਗ ਜਾਂਦਾ ਅੰਦਰ, ਮੈਂ ਜਿਸ ਪਰਤਰੀ ਮਾਂ ਤੇ ਮੈਂ ਜਿਹੜਾ ਕੋਈ ਹੁੰਦਾ ਨਾ, ਮੈਨੂੰ ਡਰ ਜਿਹਾ ਲੱਗ ਜਾਂਦਾ। ਪ੍ਰਾਰਥਨਾ ਕਰਨ ਲੱਗਦੇ ਡਰ ਲੱਗਦੇ, ਤਾਂ ਲੱਗਦਾ ਕੋਈ ਸਪਿਰਿਟ ਲੱਗ ਗਿਆ, ਜਿਹੜਾ ਕੋਈ ਕੁੰਡਾ ਖੋਲਦਾ ਨਾ ਮੈਨੂੰ ਫਿਰ ਵੀ ਡਰ ਲੱਗ ਜਾਂਦਾ। ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਸੀਂ ਆਪਣੇ ਅੰਦਰ ਲੁਕਾ ਕੇ ਰੱਖੋਗੇ, ਹਾਊ ਯੂ ਵਿਲ ਬੀ ਡਿਲੀਵਰਡ, ਕਿੱਦਾਂ ਤੁਸੀਂ ਆਜ਼ਾਦ ਹੋਵੋ? ਨੋਟ ਬਾਈ ਯੋਰ ਪਾਵਰ, ਗੋਡ ਨੇ ਅਥੋਰਿਟੇਟਿਵ ਪਰਸਨ ਰੱਖੇ ਹੁੰਦੇ ਨੇ, ਉਹਨਾਂ ਕੋਲ ਆਪਣੇ ਮਸਲੇ ਲੈ ਕੇ ਹੋਵੇ, ਮੇਰੀ ਮਰਜ਼ੀ ਨੇ, ਹੋ ਸਕਦਾ ਖੁਦਾ ਮੈਨੂੰ ਤੁਹਾਡੇ ਬਾਰੇ ਨਾਮ ਦੱਸੇ, ਤਾਂ ਤੁਸੀਂ ਉਹਦੇ ਵਿੱਚ ਫਸੇ ਰਹੋ, ਫਸੇ ਤੁਸੀਂ ਛੁੱਟਣਾ ਚਾਹੁੰਦੇ ਇਸ ਚੀਜ਼ ਤੋਂ, ਓਇਲ ਦੋ, ਓਇਲ ਦੋ, ਓਇਲ ਦੋ।
ਆਪਣਾ ਦੁਪੱਟਾ ਲਓ ਲੋਟ ਲੋਟ ਉਹ ਜੋ ਸਪਿਰਿਟ ਇੰਨਾ ਇੰਟਰੈਕਟ ਕਰ ਰਹੀ ਹੈ ਔਰ ਇਹਨਾਂ ਦਿਨਾਂ ਚ ਨੂੰ ਤੰਗ ਕਰ ਰਹੀ ਹੈ ਜਿੱਦਾਂ ਹੀ ਇਹ ਅਭਿਸ਼ੇਕ ਦੇ ਉੱਪਰ ਜਾਏ ਇਹ ਸ਼ਤਰੂ ਦਾ ਸਪਿਰਿਟ ਇਹ ਸਪਿਰਿਟ ਇਹਦੇ ਉੱਪਰ ਟੁੱਟ ਜਾਏ ਤੂੰ ਬਹੁਤ ਦਿਨ ਤੁਹਾਨੂੰ ਤੰਗ ਕਰ ਲਿਆ ਤੁਹਾਨੂੰ ਸਤਾ ਲਿਆ ਤੈਨੂੰ ਡਰਾ ਲਿਆ ਪਰ ਹੁਣ ਨਹੀਂ ਤੋ ਜਿੰਨਾ ਖੌਫ ਇਹਦੇ ਮਨ ਚ ਪਾਇਆ ਉਸ ਤੋਂ ਵੀ ਜ਼ਿਆਦਾ ਖੌਫ ਮੈਂ ਤੈਨੂੰ ਦਿੰਦਾ ਹੈ ਇਨ ਦ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ ਲੀਵ ਦਿਸ ਸਿਸਟਰ ਲੀਵ 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 ਆਲੂ ਮਾਰਾਤੀ ਨਮਸੇ ਕਹਤੇ 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 ਮੈਂ ਆਗਿਆ ਦਿੰਦਾ ਹੈ ਐ ਸਪਿਰਿਟ ਤੂੰ ਜਿਸ ਵਿਰਾਂ ਦੇ ਵਿੱਚੋਂ ਆਈ ਮੈਂ ਉਸ ਰਾਜ ਨੂੰ ਹੋਲੀ ਗੋਸਟ ਫਾਇਰ ਦਿੰਦਾ ਹੈ ਔਰ ਤੈਨੂੰ ਮੈਂ ਬੰਨ ਦਿੰਦਾ ਹੈ ਮੈਂ ਤੈਨੂੰ ਬੰਨ ਦਿੰਦਾ ਹੈ ਆ ਰੂਹ ਸਾਖਾ ਤਾ ਖੜਾ ਕਰੋ ਸਸਤਾ ਬਸ ਇਹਦਾ ਇਹ ਜਾਨ ਵਾਲਾ ਹੈ ਖੜਾ ਕਰੋ ਸੈਟਨ ਪਾਰਾ ਹੋ ਗਿਆ ਸੈਟਨ ਇਜ਼ ਵੈਰੀ ਹੈਵੀ ਹੁਣ ਸੈਟਨ ਤੋਂ ਕਿੱਥੇ ਤੁਰਿਆ ਜਾਣਾ ਕਿਉਂਕਿ ਉਹ ਬੱਚਿਆਂ ਨਾਲ ਖੇਡਦਾ ਹੈ ਪਰ ਜਿਹੜੇ ਅਭਿਸ਼ੇਕ ਦੇ ਵਿੱਚ ਅਥੋਰਿਟੇਟਿਵ ਪਰਸਨ ਹੁੰਦੇ ਹੈ ਹੀ ਕੈਨ ਨੈਵਰ ਪਲੇ ਦੇਮ ਉਹ ਉਹਨਾਂ ਨਾਲ ਨਹੀਂ ਖੇਡ ਸਕਦਾ ਉਹ ਬਦਤਮੀਜ਼ ਹੈ ਸਪਿਰਿਟ ਸਪਿਰਿਟ ਛੱਡ ਦੀ ਬੋਡੀ ਨੇ ਉਖੜੇ ਦੀ ਬੋਡੀ ਦੇ ਵਿੱਚੋਂ ਤੋ ਜਿਸ ਵੀ ਰਾਜ ਦੇ ਵਿੱਚੋਂ ਆਇਆ ਅੱਜ ਉਸ ਰਾਜ ਨੂੰ ਵੀ ਅੱਗ ਮਿਲੇਗੀ ਔਰ ਤੂੰ ਤਬਾਹ ਹੋਏਗਾ ਤੈਨੂੰ ਜਿੰਨੇ ਵੀ ਭੇਜਿਆ ਉਹ ਵੀ ਜਲ ਜਾਏਗਾ ਚਲ ਛੱਡ ਦੀ ਬੋਡੀ ਨੇ ਬੜੀ ਕਰਦੀ ਜਿੱਥੇ ਕੰਮ ਕਰਦੇ ਉੱਥੇ ਬੜੀ ਦੁਆ ਕਰਦੀ ਮੈਨੂੰ ਅੱਗ ਲੱਗਦੀ ਜਦੋਂ ਪਹਿਲੋਂ ਜਾਂਦੀ ਪਹਿਲਾਂ ਆਪਣਾ ਬੈਕ ਰੱਖਦੀ ਆ ਫਿਰ ਦੁਆ ਕਰਦੀ ਆ ਇਹਨੂੰ ਕੋਈ ਇੱਥੇ ਦੁਆ ਨਾ ਕਰਿਆ ਕਰ ਮੈਨੂੰ ਅੱਗ ਬੜੀ ਲੱਗਦੀ ਆ ਤੂੰ ਤਾਂ ਮੈਨੂੰ ਇੱਦਾਂ ਕਹਿ ਰਿਹਾ ਜਿੱਦਾਂ ਮੈਂ ਤੇਰੀ ਹੁਣੇ ਮੰਨ ਲੈਣੀ ਹੈ ਤੂੰ ਮੈਨੂੰ ਇਸ ਤਰ੍ਹਾਂ ਦਾ ਪਾਸੋਂ ਸਮਝ ਤੇਰੀ ਮੰਨ ਲੈਣੀ ਭਾਈ ਮੰਨਦੇ ਨਹੀਂ ਮਨਾਉਂਦੇ ਆ The Lord has given me authority over you ਇੱਕ ਪਰਮੇਸ਼ਰ ਨੇ ਮੈਨੂੰ ਅਖਤਿਆਰ ਦਿੱਤਾ ਔਰ ਤੂੰ ਇਸ ਅਖਤਿਆਰ ਦੇ ਹੇਠਾਂ ਹੈ ਤੂੰ ਲੋਇਲ ਹੈ ਦੇ ਤੂੰ ਸਲੇਵ ਹੈ ਹੁਣ ਤੂੰ ਨੌਕਰ ਹੈ ਤੈਨੂੰ ਨੌਕਰ ਦੀ ਤਰ੍ਹਾਂ ਟ੍ਰੀਟ ਕਰਦੇ ਹੈ ਮੈਂ ਤੈਨੂੰ ਬੰਨ ਦਿੱਤਾ ਹੈ ਯਿਸੂ ਮਸੀਹ ਦੇ ਨਾਮ ਵਿੱਚ ਐਸੇ ਵਕਤ ਨੂੰ ਸਵਰਗ ਤੋਂ ਕੋਡਰੇ ਮਾਰਨ ਐਸੇ ਵਕਤ ਨੂੰ ਸਵਰਗ ਤੋਂ ਕੋਡਰੇ ਮਾਰਨ ਕੋਡਰੇ ਵਜਨ ਅੱਗ ਦੇ ਕੋਡਰੇ ਵਜਨ ਇਹਨੂੰ ਇਨ ਦ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ ਲਗਾਤਾਰ ਕੋਡਰੇ ਵਜਨ ਸਾਖੁੰਦਾ ਨਾ ਦੀਆ ਦੇਖੋ ਸੈਟਨ ਤੁਹਾਡੀ ਪ੍ਰਾਰਥਨਾ ਤੋਂ ਵੀ ਜੈਲਸ ਕਰਦਾ ਤੁਹਾਡੀ ਗਲੋਰੀ ਹੈ ਪ੍ਰੇਅਰ ਤੁਹਾਡੀ ਗਲੋਰੀ ਹੈ ਪ੍ਰੇਅਰ ਤੁਹਾਨੂੰ ਬਲੈਸ ਕਰਦੀ ਹੈ ਪਰ ਜਿਸ ਦਿਨ ਪ੍ਰੇਅਰ ਰੋਕਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਫਿਰ ਸਰ ਤੁਸੀਂ ਫਲੋਪ ਦਿਖੋ ਜ਼ੀਰੋ ਦਿਖੋ ਤਾਂ ਇਹੋ ਸਪਿਰਿਟ ਜਿਹੜੀ ਇਸ ਭੈਣ ਨੂੰ ਦਿਖ ਰਹੀ ਹੈ ਮੈਂ ਉਹਨੂੰ ਹੀ ਅੱਗੇ ਸੱਦਿਆ ਹੈ ਹੋਰ ਕੋਈ ਨਹੀਂ ਉਹੀ ਹੈ ਜਿਹਨੂੰ ਡਿਸਟਰਬ ਕਰ ਰਹੇ ਪਰ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਮੇਰੀ ਧਿਆਨ ਨਾਲ ਗੱਲ ਸੁਣੋ ਪਰਮੇਸ਼ੁਰ ਨੇ ਤੁਹਾਨੂੰ ਡਰ ਦਾਤਮਾ ਨਹੀਂ ਤੁਹਾਨੂੰ ਦਲੇਰੀ ਦਾਤਮਾ ਦਿੱਤਾ
ਤੁਸੀਂ ਸੈਤਾਨ ਤੋਂ ਕਦੀ ਨਾ ਡਰੋ। ਤੁਹਾਨੂੰ ਜਿਸ ਜਗ੍ਹਾ ਤੇ ਸੈਤਾਨ ਦਿਖਦਾ ਹੈ ਉਸ ਜਗ੍ਹਾ ਤੇ ਖੜੇ ਹੋ ਕੇ ਦੁਆ ਕਰੋ। ਕਿੰਨੇ ਚਿਰ ਤੋਂ ਫੜਿਆ? ਕਿੰਨੇ ਚਿਰ ਤੋਂ ਫੜਿਆ? 2 ਮਹੀਨੇ। 2 ਮਹੀਨੇ ਤੋਂ ਫੜਿਆ? ਕੀ ਕੀਤਾ ਤੂੰ ਇਹਨੂੰ? ਇਹਦੀ ਮੈਂ ਪ੍ਰਾਰਥਨਾ ਰੋਕ ਦਿੰਦੀ ਹਾਂ। ਹੁਣ ਰੋਕੇਗਾ ਪ੍ਰਾਰਥਨਾ? ਨਹੀਂ, ਵੇਲ ਅਜੇ ਰੋਕਣੀ ਤੇ ਰੋਕ ਲੈ। ਹੈਂ, ਹੁਣ ਕਿਉਂ ਨਹੀਂ ਰੋਕਣੀ? ਮੈਨੂੰ ਅੱਗ ਲੱਗਦੀ। ਫਿਰ ਤੂੰ ਇੱਥੇ ਕੀ ਲੈਣ ਆਇਆ? ਤੈਨੂੰ ਕਿੰਨੇ ਬੁਲਾਇਆ? ਬੁਲਾਇਆ ਤੈਨੂੰ? ਬੁਲਾਇਆ ਮੈਨੂੰ? ਪਰਮੇਸ਼ਰ ਕੋ ਅੱਗ ਲੱਗਦੀ। ਤੇਰੇ ਪਰਿਵਾਰ ਦੇ ਵਿੱਚ ਤੇਰਾ ਕੀ ਕੰਟਰੋਲ ਹੈ? ਇਹਦੇ ਪਰਿਵਾਰ ਬਹੁਤ ਦੁਆ ਕਰਦੇ ਆ। ਤੇ ਪਰਿਵਾਰ ਦੇ ਵਿੱਚ ਤੂੰ ਕੀ ਕਰਨਾ ਚਾਹੁੰਦਾ ਹੈ? ਮੈਂ ਲੜਾਈਆਂ ਪਾਉਣਾ ਚਾਹੁੰਦਾ। ਇਹਦੀ ਫੈਮਿਲੀ ਸੁਣੇ, ਝਗੜਾ ਕਿਹਦੇ ਵੱਲੋਂ? ਮੈਂ ਸੈਤਾਨ ਵੱਲੋਂ ਮੈਂ ਲੜਾਈਆਂ ਪਾਉਣਾ ਚਾਹੀਦਾ। ਹੋਰ ਤੂੰ ਕੀ ਕਰਨਾ ਚਾਹੁੰਦਾ ਇਹਨਾਂ ਦੇ? ਕੋਸ਼ ਕੀ? ਉਹ ਲੜਾਈ? ਹੁਣ ਮੈਂ ਇੱਥੋਂ ਸਮਝ ਗਿਆ ਹੈ ਤੁਹਾਡੀਆਂ ਆਪਸ ਦੇ ਵਿੱਚ ਸਭਨਾਂ ਦੇ ਕਿੰਨੀ ਕੁ ਘਰ 'ਚ ਬਣਦੀ ਹੋਏਗੀ। ਕੀ ਇਹ ਸੈਤਾਨ ਸੱਚ ਬੋਲਣ ਡਿਆ ਮੇਰੇ ਅੱਗੇ ਕਿ ਝੂਠ ਬੋਲਣ ਡਿਆ? ਸਰ, ਸੈਤਾਨ ਨਹੀਂ ਝੂਠ ਬੋਲਦਾ, ਸੈਤਾਨ ਸੱਚ ਬੋਲਦਾ ਹੈ। ਇਹ ਆਦਮ ਤੇ ਹਵਾ ਨੇ ਬੋਲਤਾ ਝੂਠ, ਪਰ ਸੈਤਾਨ ਕਹਿੰਦਾ ਖਵਾਇਆ ਹੈ, ਪਰਮਾਇਆ ਪਰ ਖਾਧਾ ਨਾ ਪੀ। ਤਾਂ ਤੂੰ ਆਪਣੀਆਂ ਲੜਾਈਆਂ ਲੜੀਆਂ ਵਾਪਸ ਲੈਣੀਆਂ ਅੱਜ ਤੋਂ? ਹਾਂਜੀ। ਔਰ ਇਹਨੂੰ ਦਿਖੇਗਾ ਅੱਗੇ ਤੋਂ? ਨਹੀਂ। ਇਹਨੂੰ ਡਰਾਏਗਾ ਅੱਗੇ ਤੋਂ? ਨਹੀਂ। ਫਿਰ ਤੁਹਾਨੂੰ ਦੇਈ ਆ ਗਿਆ? ਹਾਂਜੀ। ਦੁਬਾਰਾ ਤਾਂ ਨਹੀਂ ਆਏਗਾ? ਨਹੀਂ। ਚੱਲ ਆਪਣੇ ਹੱਥ ਖੜੇ ਕਰੋ, ਛੱਡ ਦੋ ਇਹਨੂੰ, ਛੱਡ ਦੋ। ਤੂੰ ਦੁਬਾਰਾ ਨਹੀਂ ਆਣਾ, ਨਹੀਂ ਆਣਾ। ਜਦ ਦੁਬਾਰਾ ਆਇਆ ਤੂੰ ਇਸ ਤੋਂ ਵੀ ਜ਼ਿਆਦਾ ਤੈਨੂੰ ਫਾਇਰ ਦਵਾਂਗਾ ਔਰ ਤੈਨੂੰ ਅੱਗ ਦੇ ਵਿੱਚ ਸੁੱਟ ਦਵਾਂਗਾ ਜੋ ਸ਼ੈਤਾਨਾਂ ਦੇ ਲਈ ਖੁਦਾ ਨੇ ਤਿਆਰ ਕੀਤੀ। ਇਨ ਦ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ, ਮੇਰੇ 3 ਅਕਾਊਂਟ ਕਰਨ ਤੇ ਤੂੰ ਇਹਨੂੰ ਛੱਡ ਕੇ ਜਾਣਾ ਹੈ। ਸੁਣ ਰਿਹਾ ਹੈ? ਸੁਣ ਰਿਹਾ ਹੈ? ਸੁਣ ਰਿਹਾ ਹੈ? ਸੁਣ ਰਿਹਾ ਹੈ? 1 2 3 depart depart in Jesus Christ name। ਪਵਿੱਤਰ ਆਤਮਾ ਦਾ ਥੈਂਕਸ ਕਰੋ ਜੋ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ। ਖੜਾ ਕਰੋ ਸਿਸਟਰ। ਕਿੰਨੇ ਚਿਰ ਕਿੰਨੇ ਚਿਰ ਤੁਹਾਨੂੰ ਇਦਾਂ ਹੋ ਰਿਹਾ ਸੀ? 2 ਮਹੀਨੇ ਨਹੀਂ ਬੋਲਦਾ, ਤੁਹਾਨੂੰ ਇਹ ਸਪਿਰਿਟ ਦੇਖਦਾ ਸੀ? ਜਦੋਂ ਆਪਣੇ ਘਰ ਭਾਂਡੇ ਮਾਰੀ ਹਾਂ, ਜਦੋਂ ਕੋਈ ਮੈਂ ਪ੍ਰੇਅਰ ਕਰਦੀ ਤੇ ਮੈਂ ਜਦੋਂ ਕੁੰਡਾ ਖੋਲਦਾ ਤੇ ਮੈਨੂੰ ਡਰ ਜਿਹਾ ਲੱਗ ਜਾਂਦਾ। ਫੋਲੋ ਕਰਦਾ ਸਪਿਰਿਟ। ਤੋ ਅੱਜ ਤੋਂ ਡਰਨਾ ਨਹੀਂ ਹੈ, ਠੀਕ ਹੈ? ਅੱਗੇ ਆਓ, ਅੱਗੇ ਆਓ। ਇਨ ਦ ਮਾਈਟੀ ਨੇਮ ਆਫ ਜੀਸਸ, ਬਾਈਬਲ 'ਚ ਲਿਖਿਆ ਮੈਂ ਤੁਹਾਨੂੰ ਡਰ ਦਾ ਨਹੀਂ, ਤੁਹਾਨੂੰ ਦਲੇਰੀ ਦਾ ਆਤਮਾ ਦਿੱਤਾ ਹੈ। ਯਾਹਵੇ ਜਿਹੜੀ ਦਲੇਰੀ ਤੂੰ ਮੈਨੂੰ ਦਿੱਤੀ ਹੈ ਉਹ ਪਵਿੱਤਰ ਆਤਮਾ ਦੀ ਹੈ। ਮੈਂ ਉਸ ਸੇਮ ਦਲੇਰੀ ਨੂੰ ਅੱਜ ਇਹਦੇ ਉੱਪਰ ਮੰਗਣਾ, ਰੱਸੇ ਰੱਸੇ ਇਨ ਜੀਸਸ ਕ੍ਰਾਈਸਟ ਦੇ। ਆਮੇਨ, ਹਾਲੇਲੂਇਆ, ਹਾਲੇਲੂਇਆ।